ਮੈਂ ਸਵੇਰੇ ਉੱਠ ਕੇ ਰੱਬ ਤੋਂ ਹਰ ਜੋ ਰੋਜ਼ ਇੱਕ ਗੱਲ ਮੰਗਦਾ, ਤੇਰਾ ਭਾਣਾ ਮਿੱਠਾ ਲੱਗੇ। ਤੂੰ ਜੋ ਕਰ ਰਿਹਾ ਬੈਸਟ ਹੈ। ਪਰ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਵੀ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਔਰ ਉਹ ਹਾਲੀਵੁੱਡ ਦੀ ਫਿਲਮ ਕਰੂਗਾ ਔਰ 200 ਗੋਰਿਆਂ ਦੇ ਨਾਲ ਕੰਮ ਕਰੂਗਾ। ਤੁਹਾਨੂੰ ਆਪਣੇ ਹੱਥਾਂ ਨਾਲ ਆਪਣਾ ਕੰਮ 'ਚ ਸਵਾਰਨਾ ਪਊਗਾ। ਇਹ ਨਹੀਂ ਕੋਈ ਆ ਕੇ ਤੁਹਾਡੇ ਮੂੰਹ 'ਚ ਬੁਰਕੀ ਪਾ ਦੂਗਾ। ਰੋਟੀ ਪਕਾਉਣੀ ਪਊਗੀ, ਥਾਲੀ ਦੇ ਵਿੱਚ ਉਹ ਪਰੋਸਣੀ ਪਊਗੀ, ਪਰੋਸਣ ਤੋਂ ਬਾਅਦ ਖਾਣੀ ਪਊਗੀ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਹੀ ਵਧੀਆ ਇਹਨਾਂ ਸਤਰਾਂ ਦੇ ਵਿੱਚ ਸਾਰੀ ਗੱਲ ਜ਼ਿੰਦਗੀ ਦੀ ਖਤਮ ਕਰਤੀ ਕਿ ਜੋ ਵੀ ਕੰਮ ਕਰਨਾ ਤੁਹਾਨੂੰ ਆਪ ਕਰਨਾ ਪਊਗਾ, ਤੁਸੀਂ ਕਿਸੇ 'ਤੇ ਨਿਰਭਰ ਨਹੀਂ ਹੋ ਸਕਦੇ। ਅਤੇ ਮੈਂ ਤੁਹਾਡਾ ਆਪਣਾ ਦਰਸ਼ਨ ਔਲਖ, ਐਕਟਰ, ਡਾਇਰੈਕਟਰ, ਪ੍ਰੋਡਿਊਸਰ ਅਤੇ ਰਾਈਟਰ, ਅੱਜ ਤੁਹਾਡੇ ਨਾਲ ਰੂਬਰੂ ਹੋਣਾ ਆ ਆਪਣੀ ਲਾਈਫ ਦੇ ਕੁਛ ਵਧੀਆ ਪਲ ਤੁਹਾਨੂੰ ਦੱਸਣ ਵਾਸਤੇ। ਅਤੇ 80 ਦਾ ਦਹਾਕਾ ਮੇਰੀ ਲਾਈਫ ਦੀ ਜਵਾਨੀ ਦੀ ਸ਼ੁਰੂਆਤ, ਅਤੇ ਉਸ ਸਮੇਂ ਦੇ ਵਿੱਚ ਹਾਲਾਤ ਪੰਜਾਬ ਦੇ ਯੂਥ, ਚਾਹੇ ਉਹ ਪੁਲਿਸ ਦੇ ਵਿੱਚ ਸੀ ਚਾਹੇ ਉਹ ਵੈਸੇ ਸੀ, ਕੋਈ ਖੜਕੂ ਕਹਿ ਕੇ ਮਾਰਤਾ, ਕੋਈ ਪੁਲਿਸ ਦੇ ਵਿੱਚ ਮਾਰਤਾ, ਬੜਾ ਖਤਰਨਾਕ ਟਾਈਮ ਸੀ ਜਿਸ ਸਮੇਂ ਮੈਂ ਹੋਸ਼ ਸੰਭਾਲੀ। ਅਤੇ ਮੈਨੂੰ ਲੱਗਦਾ ਸੀ ਪਤਾ ਨਹੀਂ ਸਾਡਾ ਕੀ ਹੋਊਗਾ, ਲੱਗ ਰਿਹਾ ਸੀ ਸ਼ਾਇਦ ਅਸੀਂ ਵੀ ਇਸ ਮੂਵਮੈਂਟ ਦਾ ਹਿੱਸਾ ਬਣਾਂਗੇ। ਪਰ ਮੇਰੀ ਮਾਂ, ਮੇਰੀ ਰੱਬ ਵਰਗੀ ਮਾਂ, ਜਿਹਨੇ ਮੈਨੂੰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਪੜ੍ਹਨ ਵਾਸਤੇ ਭੇਜਤਾ ਯੂਨੀਵਰਸਿਟੀ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਭੰਗੜੇ ਦਾ ਸ਼ੌਕ ਸੀ, ਐਕਟਿੰਗ ਦਾ ਸ਼ੌਕ ਸੀ ਸ਼ੁਰੂ 'ਚ। ਸਟਰਗਲ ਬਹੁਤ ਸੀ, ਇੱਕ ਨੋਰਮਲ ਜ਼ਿਮੀਂਦਾਰ ਪਰਿਵਾਰ ਤੋਂ ਮੈਂ ਸੰਬੰਧ ਰੱਖਦਾ ਸੀ। ਸ਼ੁਰੂ ਦੇ ਵਿੱਚ ਹੀ ਮੇਰੀ ਜ਼ਿੰਦਗੀ ਸਟਰਗਲ ਨਾਲ ਭਰੀ ਹੋਈ ਸੀ ਅਤੇ ਮੈਨੂੰ ਲੱਗਦਾ ਨਹੀਂ ਸੀ ਮੈਂ ਕੁਛ ਬਣ ਪਾਊਂਗਾ, ਕਿਉਂਕਿ ਸਾਡੇ ਕਹਾਵਤ ਹੈ ਕਿ ਜੱਟਾਂ ਦੇ ਮੁੰਡੇ ਜ਼ਮੀਨਾਂ ਜੋਗੇ ਰਹਿ ਜਾਂਦੇ ਆ। ਪਰ ਮੇਰੀ ਲਾਈਫ ਨੇ ਕਰਵਟ ਲਈ, ਉਹਨੂੰ ਹਾਲਾਤਾਂ 'ਚੋਂ ਕੱਢ ਕੇ ਮੇਰੀ ਮਾਂ ਨੇ ਚੰਡੀਗੜ੍ਹ ਮੈਨੂੰ ਭੇਜ ਦਿੱਤਾ। ਇੱਥੇ ਆ ਕੇ ਮੇਰੀ ਆਪਣੀ ਜੀਵਨ ਦੀ ਅਸਲੀ ਕਹਾਣੀ ਸ਼ੁਰੂ ਹੋਈ, ਜੋ ਮੇਰਾ ਸਭ ਤੋਂ ਵੱਡਾ ਸਟਰਗਲ ਸੀ। ਜਿਹੜੇ ਹੱਥਾਂ ਨੇ ਕਦੀ ਰੋਟੀ ਨਹੀਂ ਪਕਾਈ ਸੀ, ਉਹਨਾਂ ਹੱਥਾਂ ਨਾਲ ਰੋਟੀ ਪਕਾਉਣੀ ਪਈ। ਆ ਕੇ ਇੱਕ ਰੂਮ ਦੇ ਵਿੱਚ 4 ਲੋਕਾਂ ਨੂੰ ਰਹਿਣਾ ਪਿਆ। ਬਹੁਤ ਸਾਰੀਆਂ ਅੜਚਨਾਂ ਸੀ, ਬਹੁਤ ਸਾਰੀਆਂ ਪ੍ਰੋਬਲਮ ਸੀ। ਹਰ ਨਵਾਂ ਦਿਨ ਮੇਰੇ ਲਈ ਪ੍ਰੋਬਲਮ ਸੀ ਚੰਡੀਗੜ੍ਹ 'ਚ। ਕੋਈ ਜਾਣ ਪਹਿਚਾਣ ਨਹੀਂ ਸੀ, ਕੋਈ ਵੀ ਇੱਥੇ ਲੋਕ ਜਿਹੜੇ ਹੈਗੇ ਆ, ਤੁਹਾਨੂੰ ਉਸ ਸਮੇਂ ਹਾਲਾਤ ਐਸੇ ਸੀ ਘਰ 'ਚ ਰੱਖਣ ਨੂੰ ਤਿਆਰ ਨਹੀਂ ਸੀ। ਉਹ ਟਾਈਮ ਮੇਰੇ ਲਈ ਇੰਨਾ ਖਤਰਨਾਕ ਸੀ, ਕਈ ਵਾਰੀ ਪੁਲਿਸ ਨੇ ਸਾਨੂੰ ਪਕੜ ਲੈਣਾ ਰਾਤ ਨੂੰ, ਕਿੱਥੋਂ ਆ ਰਹੇ ਹੋ, ਕਿਉਂ ਆ ਰਹੇ ਹੋ, ਅਤੇ ਉਹਨਾਂ ਨੂੰ ਪੂਰੀ ਕਹਾਣੀ ਸੁਣਾਉਣੀ ਪੈਂਦੀ ਸੀ। ਅਤੇ ਫਿਰ ਸ਼ੁਰੂਆਤ ਹੋਈ ਭੰਗੜੇ ਦੇ ਨਾਲ, ਥੀਏਟਰਸ ਦੇ ਨਾਲ, ਮਿਊਜ਼ੀਕਲ ਪਲੇ ਦੇ ਨਾਲ। ਥੋੜ੍ਹਾ ਲੱਗਿਆ ਕੁਛ ਮਿਲ ਜਾਏਗਾ, ਆਪਣੀ ਜੇਬ ਦੇ ਵਿੱਚੋਂ ਪੈਸੇ ਲਗਾ ਕੇ ਖਰਚ ਕੇ ਚੀਜ਼ਾਂ ਸਾਰਾ ਕੁਝ ਸਿੱਖਿਆ। ਕਈ ਵਾਰੀ ਮਨ ਟੁੱਟਿਆ ਕਿ ਘਰ ਵਾਪਸ ਚਲੇ ਜਾਵਾਂ, ਪਰ ਨਹੀਂ, ਮਨ ਨਹੀਂ ਮੰਨ ਰਿਹਾ ਸੀ ਅੰਦਰੋਂ। ਅਤੇ ਮੈਂ ਸੋਚ ਦੇ ਵਿੱਚ ਕਰਦੇ ਕਰਾਉਂਦੇ, ਫਿਲਮਾਂ ਦੇ ਇੱਕ ਪ੍ਰੋਡਿਊਸਰ ਸੀ, ਮੇਰੇ ਦੋਸਤ ਸੀ, ਉਹਨਾਂ ਨੇ ਮੈਨੂੰ ਉਹਨਾਂ ਦੇ ਨਾਲ ਮਿਲਾਇਆ ਅਤੇ ਮੇਰੇ ਦਿਲ ਦੀ ਥੋੜ੍ਹੀ ਜਿਹੀ ਤਮੰਨਾ ਜਾਗੀ ਵੀ ਸ਼ਾਇਦ ਕੁਛ ਬਣ ਜਾਏਗਾ। ਜ਼ਿੰਦਗੀ ਜਿਉਣ ਦਾ ਨਾਂ ਹੈ, ਇਸ ਕਰਕੇ ਕਈ ਵਾਰੀ ਮਨ ਦੇ ਵਿੱਚ ਬੁਰੇ ਖਿਆਲ ਵੀ ਆਏ, ਪਰ ਮਨ ਨੇ ਸੋਚਿਆ ਨਹੀਂ, ਜੇ ਕੁਛ ਬਣਨਾ ਤਾਂ ਸਟਰਗਲ ਤਾਂ ਤੇਰਾ ਹਿੱਸਾ ਬਣ ਚੁੱਕਾ ਲਾਈਫ ਦਾ। ਅੱਜ ਵੀ ਮੈਂ ਸਟਰਗਲ ਹੀ ਕਰ ਰਿਹਾ, ਅੱਜ ਦਾ ਹਰ ਦਿਨ ਮੇਰੇ ਲਈ ਸਟਰਗਲ ਭਰਿਆ ਹੁੰਦਾ, ਕਿਉਂਕਿ ਜਿਸ ਕਿੱਤੇ ਨਾਲ ਮੈਂ ਜੁੜਿਆ ਇਹਦੇ ਵਿੱਚ ਹਰ ਰੋਜ਼ ਫਿਲਮਾਂ ਨਹੀਂ ਬਣਦੀਆਂ, ਹਰ ਰੋਜ਼ ਨਵੇਂ ਨਵੇਂ ਲੋਕਾਂ ਨਾਲ ਤੁਹਾਡਾ ਵਾਹ ਪੈਂਦਾ ਅਤੇ ਹਰ ਇੱਕ ਨੂੰ ਮਿਲ ਕੇ ਨਵਾਂ ਨਵਾਂ ਐਕਸਪੀਰੀਅੰਸ ਹੁੰਦਾ। ਬਹੁਤ ਸਾਰੇ ਪ੍ਰੋਡਿਊਸਰਸ ਆਉਂਦੇ ਨੇ, ਕੁਛ ਅੱਛੇ ਹੁੰਦੇ ਆ, ਕੁਛ ਬੁਰੇ ਹੁੰਦੇ, ਜਿਨ੍ਹਾਂ ਦੀਆਂ ਹੈਬਿਟਸ ਅੱਛੀਆਂ ਨਹੀਂ ਹੁੰਦੀਆਂ, ਉਹ ਪੈਸਾ ਨਹੀਂ ਦਿੰਦੇ। ਸੈਕਿੰਡ ਸਟੈਪ ਸੀ ਮੇਰਾ ਐਕਟਿੰਗ ਦੇ ਵਿੱਚ ਆਉਣਾ, ਮੇਰੀ ਪਹਿਲੀ ਫਿਲਮ ਬਣੀ, ਮੈਨੂੰ ਬੜਾ ਚਾਅ ਸੀ, ਮੇਰੇ ਅੰਦਰ ਇੱਕ ਜਿਵੇਂ ਨਵਾਂ ਨਵਾਂ ਬੰਦੇ ਦੇ ਜੋਸ਼ ਹੁੰਦਾ ਵੀ ਮੈਂ ਐਕਟਰ ਬਣ ਗਿਆ। ਉਹ ਫਿਲਮ ਰਿਲੀਜ਼ ਹੋਈ, ਬੂਟਾ ਸਿੰਘ ਸ਼ਾਦ ਜੀ ਦੀ ਵੈਰੀ ਫਿਲਮ ਸੀ, ਯੋਗਰਾਜ ਸਿੰਘ ਨਾਲ ਮੇਰਾ ਰੋਲ ਸੀ ਫਿਲਮ ਦੇ ਵਿੱਚ, ਉਹ ਫਿਲਮ ਦੇ ਵਿੱਚੋਂ ਪੂਰਾ ਰੋਲ ਮੇਰਾ ਕੱਟ ਦਿੱਤਾ ਗਿਆ। ਮੈਂ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਇਹੋ ਜਿਹਾ ਕੁਛ ਹੋਊਗਾ। ਉਹ ਚਾਅ ਸਾਰੇ ਦਿਲ ਦੇ ਵਿੱਚ ਰਹਿ ਗਏ, ਮਨ ਬਹੁਤ ਉਦਾਸ ਹੋਇਆ, ਪਰ ਦੋਸਤਾਂ ਮਿੱਤਰਾਂ ਨੇ ਹੌਂਸਲਾ ਦਿੱਤਾ ਅਤੇ ਜ਼ਿੰਦਗੀ ਅੱਗੇ ਤੁਰ ਪਈ। ਫਿਰ ਉਹੀ ਸਟਰਗਲ, ਫਿਲਮਾਂ 'ਚ ਕੰਮ ਮਿਲਿਆ, ਬਹੁਤ ਥੋੜ੍ਹਾ ਥੋੜ੍ਹਾ ਕੰਮ ਮਿਲਿਆ। ਅਲਟੀਮੇਟਲੀ ਸਟਰਗਲ ਦਾ ਪਹਿਲਾ ਪੀਰੀਅਡ ਜਿਹੜਾ ਸਟਾਰਟ ਹੋਇਆ, ਕੁਛ ਪੰਜਾਬੀ ਫਿਲਮਾਂ ਸੀ, ਸ਼ਹੀਦ ਏ ਮੁਹੱਬਤ ਬੂਟਾ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਏ ਆਜ਼ਮ ਭਗਤ ਸਿੰਘ, ਉਹਨਾਂ ਫਿਲਮਾਂ ਨਾਲ ਮੈਨੂੰ ਪਲੈਟਫਾਰਮ ਮਿਲਿਆ।
ਉਹਨਾਂ ਵਿੱਚ ਰੋਲ ਵੀ ਮਿਲਿਆ, ਕੰਮ ਵੀ ਮਿਲਿਆ, ਅਤੇ ਨਾਲ ਮੈਂ ਇੱਕ ਲੋਕੇਸ਼ਨਸ ਦਾ ਕੰਮ ਸ਼ੁਰੂ ਕੀਤਾ, ਜਿਹੜਾ ਮੇਰੇ ਅੰਦਰ ਇੱਕ ਫਾਇਰ ਸੀ ਕਿ ਮੈਂ ਕੁਛ ਇੱਥੇ ਰਹਿ ਕੇ ਕੁਛ ਕਰਾਂ। ਉਸ ਤੋਂ ਬਾਅਦ ਮੇਰੇ ਲਾਈਫ ਦੇ ਵਿੱਚ ਇੱਕ ਵੱਡੀ ਚੇਂਜ ਆਈ, ਜਦੋਂ ਹਾਲਾਤ ਖਰਾਬ ਸੀ ਪੰਜਾਬ ਦੇ, ਕੋਈ ਵੀ ਬੰਦਾ ਇੱਥੇ ਸ਼ੂਟਿੰਗ ਵਾਸਤੇ ਨਹੀਂ ਆਉਂਦਾ ਸੀ, ਕਿਉਂਕਿ ਇੱਥੇ ਐਕਟਰ ਸੀ ਵਰਿੰਦਰ, ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਟੈਰਿਸਟ ਵੱਲੋਂ, ਅਤੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਸਿਸਟਮ ਸੀ ਅਪਸੈਟ ਹੋ ਚੁੱਕਾ ਸੀ। ਅਤੇ ਇੱਕ ਫਿਲਮ ਬਣੀ ਵੀਰ ਜ਼ਾਰਾ, ਯਸ਼ ਚੋਪੜਾ ਜੀ ਨੇ ਮੇਰੇ ਨਾਲ ਜਦੋਂ ਕੰਟੈਕਟ ਕੀਤਾ, ਮੈਂ ਸੋਚ ਨਹੀਂ ਸਕਦਾ ਉਹ ਮੇਰੇ ਲਈ ਪਲ ਕੈਸੇ ਸੀ। ਜਦੋਂ ਯਸ਼ ਜੀ ਨੇ ਫੋਨ ਕੀਤਾ ਕਿ ਅਸੀਂ ਤਾਂ ਸ਼ੂਟ ਕਰ ਸਕਦੇ ਹਾਂ, ਤਾਂ ਮੈਂ ਉਹਨਾਂ ਨੂੰ 100% ਗਰੰਟੀ ਨਾਲ ਕਹਿਤਾ, ਹਾਂ ਮੈਂ ਸ਼ੂਟ ਕਰ ਸਕਦੇ ਹਾਂ, ਤੁਸੀਂ ਮੈਂ ਇਹਦੇ ਲਈ ਪੂਰਾ ਪ੍ਰਬੰਧ ਕਰਕੇ ਦਿਆਂਗਾ। ਤਾਂ ਯਸ਼ ਚੋਪੜਾ ਜੀ ਆਏ, ਉਹਨਾਂ ਲੋਕੇਸ਼ਨਸ ਦੇਖੀਆਂ, ਫਾਈਨਲ ਹੋਈਆਂ। ਉਸ ਤੋਂ ਬਾਅਦ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਵਾਸਤੇ ਮੈਨੂੰ ਬਹੁਤ ਸਾਰਾ ਸਟਰਗਲ ਕਰਨਾ ਪਿਆ, ਕਿਉਂਕਿ ਉਹਦੇ ਵਿੱਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਪ੍ਰੀਟੀ ਜਿੰਟਾ, ਰਾਣੀ ਮੁਖਰਜੀ, ਹੋਰ ਬਹੁਤ ਸਾਰੇ ਐਕਟਰ ਸੀਗੇ। ਅਤੇ ਅਸੀਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਉਹ ਸ਼ੂਟਿੰਗ ਕੀਤੀ, ਅਤੇ ਅਸੀਂ ਸਕਸੈਸ ਹੋਏ, ਮੇਰੀ ਟੀਮ ਸਕਸੈਸ ਹੋਈ, ਔਰ ਉਸ ਫਿਲਮ ਦੇ ਨਾਲ ਮੈਨੂੰ ਇੱਕ ਬਹੁਤ ਵੱਡਾ ਅਵਾਰਡ ਮਿਲਿਆ ਜੋ ਮੈਂ ਕਦੇ ਸੋਚ ਨਹੀਂ ਸਕਦਾ ਸੀ। ਉਹ ਅਵਾਰਡ ਸੀ ਸਿਨੇਮੈਟਿਕ ਟੂਰਿਜ਼ਮ ਦਾ ਅਵਾਰਡ। ਮੇਰੇ ਲਈ ਮੇਰੇ ਪਰਮਾਤਮਾ ਨੇ ਇਹ ਅਵਾਰਡ, ਇਹ ਫਿਲਮ ਬਸ ਗਿਫਟ ਭੇਜਿਆ। ਉਸ ਤੋਂ ਬਾਅਦ ਉਸ ਮਾਲਕ ਦੀ ਕਿਰਪਾ ਹੋਈ, ਸਟਰਗਲ ਦਾ ਥੋੜ੍ਹਾ ਜਿਹਾ ਟਾਈਮ ਘੱਟ ਹੋ ਗਿਆ, ਅਤੇ ਮੈਨੂੰ ਅੱਛੀਆਂ ਪਿਕਚਰਸ ਮਿਲੀਆਂ, ਸਿੰਘ ਇਜ਼ ਕਿੰਗ, ਨਮਸਤੇ ਲੰਡਨ, ਲੰਡਨ ਡ੍ਰੀਮ, ਜਬ ਵੀ ਮੈਟ, ਦਿਲ ਬੋਲੇ ਹੜੇਪਾ, ਰੱਬ ਨੇ ਬਣਾ ਦੀ ਜੋੜੀ, ਬਚਨਾ ਹੈ ਹਸੀਨੋ, ਬਜਰੰਗੀ ਭਾਈਜਾਨ, ਪਿੱਛੇ ਆਈ ਸੀ ਸੁਲਤਾਨ, ਜੀਰੋ ਡਾਕ 30, ਜੋ ਮੈਂ ਕਦੇ ਸੋਚ ਨਹੀਂ ਸਕਦਾ ਕਿ ਮੈਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਕਿਸੇ ਹਾਲੀਵੁੱਡ ਫਿਲਮ ਦੇ ਨਾਲ ਜੁੜ ਜਾਊਂਗਾ। ਉਹ ਹਾਲੀਵੁੱਡ ਫਿਲਮ ਦੇ ਬਹੁਤ ਵੱਡੀ ਕਾਸਟ, ਬਹੁਤ ਵੱਡਾ ਡਾਇਰੈਕਟਰ ਕੈਥਰੀਨ ਬਿਗਲੋ, ਜਿਹਨਾਂ ਨੂੰ 9 ਓਸਕਰ ਅਵਾਰਡ ਮਿਲ ਚੁੱਕੇ ਸੀ ਹਰਟ ਲੋਕਰ ਫਿਲਮ ਵਾਸਤੇ, ਅਤੇ ਉਹ ਇੱਥੇ ਆਏ, ਅਤੇ ਮੈਂ ਘੁੰਮ ਰਿਹਾ ਸੀ ਉਹਨਾਂ ਦੇ ਨਾਲ, ਪਰ ਮੈਂ ਕਦੇ ਸੋਚਿਆ ਨਹੀਂ ਸੀ ਇੱਥੇ ਹਾਲੀਵੁੱਡ ਦਾ ਸ਼ੂਟ ਹੋਏਗਾ। ਪਰ ਅਚਾਨਕ ਉਹਨਾਂ ਨੇ ਕਿਹਾ ਜੀ ਅਸੀਂ ਸਾਰਾ ਸ਼ੂਟ ਇੱਥੇ ਹੀ ਕਰਾਂਗੇ, ਅਤੇ ਉਸ ਫਿਲਮ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਉਸ ਫਿਲਮ ਨੂੰ ਓਸਕਰਸ ਅਵਾਰਡ ਮਿਲੇ, ਅਤੇ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸੀ। ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਕਿ ਜਦੋਂ ਮੈਂ ਪਿੰਡ ਤੋਂ ਆਇਆ ਸੀਗਾ, ਅਤੇ ਮੈਨੂੰ ਮੇਰਾ ਅੰਗਰੇਜ਼ੀ 'ਚ ਹੱਥ ਬਹੁਤ ਤੰਗ ਸੀਗਾ, ਕਿਉਂਕਿ ਅਸੀਂ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਅਤੇ ਚੰਡੀਗੜ੍ਹ ਦਾ ਸ਼ਹਿਰ ਥੋੜ੍ਹਾ ਜਿਹਾ ਅੰਗਰੇਜ਼ਾਂ ਦਾ ਸ਼ਹਿਰ ਹੈ, ਅਤੇ ਇੱਥੇ ਇੰਗਲਿਸ਼ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਪਰ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਵੀ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਔਰ ਉਹ ਹਾਲੀਵੁੱਡ ਦੀ ਫਿਲਮ ਕਰੂਗਾ ਔਰ 200 ਗੋਰਿਆਂ ਦੇ ਨਾਲ ਕੰਮ ਕਰੂਗਾ। ਉਸੇ ਦੇ ਦੌਰਾਨ ਇੱਕ ਜਿਹੜੀ ਮੇਰੀ ਸਭ ਤੋਂ ਵੱਡੀ ਘਟਨਾ ਲਾਈਫ ਦੀ ਹੋਈ, ਮੇਰੀ ਮਾਂ ਚਲੀ ਗਈ। ਜਦ ਮੈਂ ਸ਼ਾਮ ਨੂੰ ਸ਼ੂਟ 'ਤੇ ਜਾ ਰਿਹਾ ਸੀ, ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਤੇਰੀ ਮਾਂ ਚਲੀ ਜਾਏਗੀ, ਤੂੰ ਫਿਲਮਾਂ ਦੀਆਂ ਸ਼ੂਟਿੰਗ ਕਰਦਾ ਰਹਿ ਜਾਏਗਾ। ਅਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦੇ ਦਿਲ 'ਚ ਕੀ ਹੈ, ਉਹਨਾਂ ਨੂੰ ਨਮੂਨੀਆ ਹੋ ਚੁੱਕਿਆ ਸੀ, ਉਹ ਅੰਦਰ ਤੋਂ ਟੁੱਟ ਚੁੱਕੇ ਸੀ, ਪਰ ਉਹ ਦੱਸ ਨਹੀਂ ਰਹੇ ਸੀ। ਮੈਂ ਸ਼ਾਮ ਨੂੰ ਜਦੋਂ ਸ਼ੂਟ ਕਰ ਰਿਹਾ ਸੀ, ਤਾਂ ਮੈਨੂੰ ਕਾਲ ਆਈ ਕਿ ਤੁਹਾਡੇ ਮਦਰ ਨੂੰ ਹੋਸਪਿਟਲ ਲੈ ਗਏ ਆ, ਅਤੇ ਮੈਂ ਬਹੁਤ ਸਪੀਡ 'ਤੇ ਗੱਡੀ ਲੈ ਕੇ ਉੱਥੋਂ ਦੌੜਿਆ। ਉਹ ਫਿਲਮ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਬਣ ਗਈ। ਮੈਂ ਕਦੇ ਨਹੀਂ ਸੋਚਦਾ ਸੀਗਾ ਮੈਂ ਇੱਥੋਂ ਤੱਕ ਪਹੁੰਚੂੰਗਾ, ਪਰ ਮੈਂ ਉਸ ਰੱਬ ਨੂੰ ਪੁੱਛਿਆ ਵੀ ਇੱਕ ਪਾਸੇ ਮੇਰੀ ਮਾਂ, ਇੱਕ ਪਾਸੇ ਐਡੀ ਵੱਡੀ ਫਿਲਮ ਜੋ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਇੱਥੇ ਮਿਡਲ ਨਹੀਂ ਸਕਦੀ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਕੋਈ ਹਾਲੀਵੁੱਡ ਵਾਲਾ ਸ਼ੂਟ ਕਰੇਗਾ। ਲੋਕਾਂ ਦਾ ਸਹਿਯੋਗ, ਪਿਆਰ, ਇੱਜ਼ਤ, ਉਸ ਫਿਲਮ ਨੇ ਬਹੁਤ ਕੁਛ ਦਿੱਤਾ, ਪਰ ਮੈਂ ਆਪਣੀ ਮਾਂ ਗਵਾ ਬੈਠਾ, ਕਿਉਂਕਿ ਮੇਰੀ ਮਾਂ ਮੇਰਾ ਰੱਬ ਸੀ ਜਿਹਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਸੀ, ਮੇਰੇ ਜੀਵਨ ਦਾ ਸਟਰਗਲ ਸੀ। ਅਤੇ ਮੈਂ ਯੂਥ ਨੂੰ, ਜਿਹੜਾ ਅੱਜ ਦਾ ਯੂਥ ਹੈ, ਉਸਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੀ ਕਰ ਸਕਦਾ, ਕਿਉਂਕਿ ਅੱਜ ਦਾ ਯੂਥ ਬੜਾ ਬਹੁਤ ਅਜੀਬ ਕਿਸਮ ਦੀਆਂ ਹਰਕਤਾਂ ਕਰਨ ਲੱਗ ਗਿਆ। ਜੇ ਪਾਸ ਨਹੀਂ ਹੋਏ ਤਾਂ ਸੁਸਾਈਡ ਕਰ ਲਓ, ਜੇ ਕਿਸੇ ਨੂੰ ਕੁਛ ਕਹਿਤਾ ਉਹਦੇ ਗਲ ਪੈ ਜਾਓ, ਜੇ ਮਾਂ ਨੇ ਕੁਛ ਕਹਿਤਾ ਤਾਂ ਉਹਨੂੰ ਗਲ ਕੱਢ ਦਿਓ। ਯਾਰ ਇਹ ਜ਼ਿੰਦਗੀ ਹੈ, ਜ਼ਿੰਦਗੀ ਜਿਉਣ ਦਾ ਨਾਂ ਹੈ। ਜੇ ਮਰ ਗਏ ਤਾਂ ਫਿਰ ਮੁਰਦੇ ਹੋ ਤੁਸੀਂ, ਤੁਹਾਡੀ ਜ਼ਿੰਦਗੀ ਕਿਸ ਕੰਮ ਦੀ? ਮਰਨ ਤੋਂ ਬਾਅਦ ਤਾਂ ਤੁਹਾਡੀ ਸੁਰਖੀ ਅਖਬਾਰ 'ਚ ਲੱਗੇਗੀ ਤੁਸੀਂ ਮਰ ਗਏ, ਪਰ ਤੁਹਾਡਾ ਜੀਵਨ ਤਾਂ ਕਿਸੇ ਹੱਥ ਨਹੀਂ ਆਇਆ ਨਾ। ਤੁਸੀਂ ਤਾਂ ਆਪਣੀ ਲਾਈਫ ਬਰਬਾਦ ਕਰ ਲਈ, ਫਿਰ ਜਨਮ ਹੀ ਕਿਉਂ ਲਿਆ ਤੁਸੀਂ ਜੇ ਜੀਣਾ ਨਹੀਂ ਚਾਹੁੰਦੇ? ਤਾਂ ਤੁਹਾਡੀ ਲਾਈਫ 'ਚ ਜੋ ਕੁਛ ਹੈਗਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ। ਪਰ ਮੈਂ ਸਭ ਤੋਂ ਸ਼ੁਰੂ 'ਚ ਆਖਿਆ ਸੀ ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਏ। ਤੁਹਾਨੂੰ ਆਪਣੇ ਹੱਥਾਂ ਨਾਲ ਆਪਣਾ ਕੰਮ ਸਵਾਰਨਾ ਪਊਗਾ, ਇਹ ਨਹੀਂ ਕੋਈ ਆ ਕੇ ਤੁਹਾਡੇ ਮੂੰਹ 'ਚ ਬੁਰਕੀ ਪਾ ਦੂਗਾ। ਰੋਟੀ ਪਕਾਉਣੀ ਪਊਗੀ, ਥਾਲੀ ਦੇ ਵਿੱਚ ਉਹ ਪਰੋਸਣੀ ਪਊਗੀ, ਪਰੋਸਣ ਤੋਂ ਬਾਅਦ ਖਾਣੀ ਪਊਗੀ।
ਤੁਸੀਂ ਆਪਣੀ ਲਾਈਫ ਆਪ ਜੀਣੀ ਹੈ, ਤੁਹਾਡੇ ਅੰਦਰ ਇੱਕ ਜਜ਼ਬਾ, ਇੱਕ ਜੋਸ਼ ਹੋਣਾ ਚਾਹੀਦਾ ਜ਼ਿੰਦਗੀ ਜੀਣ ਦਾ। ਜੇ ਤੁਹਾਡੇ ਅੰਦਰ ਜੋਸ਼ ਜਜ਼ਬਾ ਬਿਲਕੁਲ ਨਹੀਂ ਹੈ ਤਾਂ ਤੁਸੀਂ ਕੁਛ ਨਹੀਂ ਕਰ ਸਕਦੇ। ਇੱਕ ਇਕੱਲਾ ਇਨਸਾਨ ਹੈ ਜਿਹੜਾ 84 ਲੱਖ ਯੂਨੀ ਦੇ ਵਿੱਚ ਪੈਸੇ ਕਮਾਉਂਦਾ ਅਤੇ ਫਿਰ ਵੀ ਸਾਰੀ ਉਮਰ ਨੰਗਾ ਭੁੱਖਾ ਰਹਿੰਦਾ, ਹਰ ਇੱਕ ਨੂੰ ਕਹਿੰਦਾ ਮੇਰੇ ਕੋਲ ਕੁਛ ਨਹੀਂ। ਬਾਕੀ ਯੂਨੀਆਂ ਜਿੰਨੀਆਂ ਨੇ ਉਹ ਕੋਈ ਪੈਸਾ ਨਹੀਂ ਕਮਾਉਂਦੀਆਂ, ਉਹਨਾਂ ਦਾ ਢਿੱਡ ਭਰਦਾ, ਸਭ ਖਾਂਦੇ ਆ। ਤੁਹਾਨੂੰ ਰੱਬ ਨੇ ਇੰਨੀ ਕੁ ਅਕਲ, ਇੰਨੀ ਕੁ ਮਿਹਨਤ ਕਰਨ ਦੀ ਹੱਥ ਦਿੱਤੇ ਨੇ, ਤੁਹਾਨੂੰ ਬੋਡੀ ਦਿੱਤੀ ਹੈ, ਤੁਹਾਡਾ ਤੰਦਰੁਸਤੀ ਦਿੱਤੀ ਹੈ, ਸਭ ਤੋਂ ਵੱਡੀ ਗੱਲ ਹੈ। ਇਸ ਦਾ ਸਤਿਕਾਰ ਕਰਨਾ ਚਾਹੀਦਾ, ਨਾ ਕਿ ਤੁਸੀਂ ਡੇਲੀ ਉੱਠ ਕੇ ਆਪਣੇ ਪੇਰੈਂਟਸ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਬੁਰਾ ਭਲਾ ਕਹੋ, ਮੇਰਾ ਆਹ ਨਹੀਂ ਕੀਤਾ, ਮੇਰੀ ਲਾਈਫ ਨਹੀਂ ਬਣੀ, ਮੈਂ ਅਪਸੈਟ ਹੋ ਗਿਆ, ਮੇਰਾ ਉਹ ਹੋ ਗਿਆ, ਮੇਰਾ ਆਹ ਹੋ ਗਿਆ। ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਪਊਗਾ, ਜਿਹੜਾ ਇੱਕ ਮਨ ਬਣਾਉਣਾ ਪਊਗਾ ਜ਼ਿੰਦਗੀ ਜਿਉਣ ਵਾਸਤੇ। ਜਿਸ ਤਰ੍ਹਾਂ ਮੈਂ ਆਪਣੇ ਆਪ ਨੂੰ ਸਟਰੋਂਗ ਕਰਕੇ ਚੱਲਿਆ, ਕਦੇ ਵੀ ਦਿਲ ਨਹੀਂ ਛੋਟਾ ਕੀਤਾ। ਸਵੇਰੇ ਖਿੜੇ ਮੱਥੇ ਅਰਲੀ ਮਾਰਨਿੰਗ ਉੱਠਣ ਦੀ ਕੋਸ਼ਿਸ਼ ਕਰੋ, ਉਸ ਰੱਬ ਦਾ ਸ਼ੁਕਰਾਨਾ ਕਰੋ, ਕਿਉਂਕਿ ਰਾਤ ਨੂੰ ਤੁਸੀਂ 2 ਵਜੇ ਤੱਕ ਸੌਣਾ ਨਹੀਂ, ਸਵੇਰੇ ਉੱਠਣਾ ਨਹੀਂ, ਅਤੇ ਤੁਹਾਡਾ ਲਾਈਫ ਵੈਸੇ ਹੀ ਡਿਸਟਰਬ ਹੋ ਜਾਂਦੀ ਹੈ। ਉਸ ਪਰਮਾਤਮਾ ਦਾ ਸ਼ੁਕਰ ਕਰੋ, ਦੋਸਤਾਂ ਮਿੱਤਰਾਂ ਦਾ, ਮਾਂ ਬਾਪ ਦਾ, ਹਰ ਇੱਕ ਦਾ ਸ਼ੁਕਰ ਕਰੋ, ਸ਼ੁਕਰਗੁਜ਼ਾਰ ਹੋ, ਕਿਉਂਕਿ ਉਸ ਰੱਬ ਨੇ ਤੁਹਾਨੂੰ ਇਸ ਧਰਤੀ 'ਤੇ ਭੇਜਿਆ, ਤੁਹਾਨੂੰ ਬੁੱਧੀ ਦਿੱਤੀ ਹੈ, ਤੁਹਾਨੂੰ ਸਮੱਤ ਬਖਸ਼ੀ ਹੈ, ਅਤੇ ਤੁਸੀਂ ਖੁਸ਼ ਰਹੋ। ਮੈਂ ਤਾਂ ਇਹੀ ਕਹਾਂਗਾ, ਜ਼ਿੰਦਗੀ ਜਿਉਣ ਦਾ ਨਾ ਜੇ ਜ਼ਿੰਦਗੀ ਜਿਉਂਦੇ ਰਹਿਣਾ ਚਾਹੀਦਾ। ਮੈਂ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ, ਤੁਸੀਂ ਮੈਨੂੰ ਟਾਈਮ ਦਿੱਤਾ, ਮੇਰੀ ਗੱਲਬਾਤ ਸੁਣੀ, ਦਿਲੋਂ ਸ਼ੁਕਰੀਆ, ਥੈਂਕ ਯੂ ਸੋ ਮਚ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।